ਸਾਡੀ ਯੂ ਨੋ ਪੰਜਾਬ ਦੀ ਜ਼ਮੀਨ 'ਚ ਕੁਛ ਹੈ ਫਸਟ ਥਿੰਗ, ਸੈਕਿੰਡ ਸਾਡੀ ਬੋਲੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਐਨਰਜੈਟਿਕ ਲੱਗਦੀ। ਅਸੀਂ ਕਦੀ ਵੀ ਇੰਗਲਿਸ਼ 'ਚ ਨਹੀਂ ਕਹਿ ਸਕਦੇ ਕਿ ਤੈਨੂੰ ਮੈਂ ਦੱਸਾਂਗਾ ਪਤਾ, ਤੈਨੂੰ ਕਰਕੇ ਦਿਖਾਵਾਂਗਾ, ਰਾਈਟ, ਵੇਖੀ ਜਾਏਗੀ, ਠੀਕ ਹੈ, ਚੜ੍ਹਦੀ ਕਲਾ ਵਿੱਚ ਹੈਗੇ ਆ, ਠੀਕ ਹੈ। ਸੋ ਸਾਡੀ ਜਿਹੜੀ ਲੈਂਗੁਏਜ ਆ ਉਹਦੇ ਉਹ ਆਪਣੇ ਆਪ 'ਚ ਹੀ ਇੱਕ ਐਨਰਜੀ ਆ, ਐਂਡ ਵੈਨ ਵੀ ਚੂਜ਼ ਸਮ ਅਦਰ ਸਟੇਟ ਟੂ ਵਰਕ ਔਰ ਸਮ ਅਦਰ ਕੰਟਰੀ ਟੂ ਵਰਕ, ਤਾਂ ਸਭ ਤੋਂ ਪਹਿਲਾਂ ਅਸੀਂ ਬੋਲੀ ਦੇ ਅਧੀਨ ਹੋ ਜਾਂਦੇ ਹਾਂ। ਬੋਲੀ ਦੇ ਅਧੀਨ ਹੋਣ ਨਾਲ ਸਾਡੀ ਫਸਟ ਨੰਬਰ 'ਤੇ ਹੀ ਐਨਰਜੀ ਲੋਅ ਹੋ ਜਾਂਦੀ ਜਿਹਦਾ ਸਾਨੂੰ ਪਤਾ ਵੀ ਨਹੀਂ ਹੁੰਦਾ, ਰਾਈਟ। ਸੋ ਦ ਮੋਰ ਕਲੋਜ਼ਰ ਯੂ ਆਰ ਟੂ ਯੋਰ ਮਦਰਲੈਂਡ, ਟੂ ਯੋਰ ਮਦਰ, ਟੂ ਯੋਰ ਪੇਰੈਂਟਸ, ਉਨਾ ਹੀ ਤੁਹਾਡੇ ਵਿੱਚ ਜਿਹੜਾ ਐਨਰਜੀ ਆ ਉਹ ਬਹੁਤ ਜਿਹੜੀ ਆ ਹਾਈ ਆ। ਅਤੇ ਪੰਜਾਬ ਦੇ ਵਿੱਚ ਮੈਨੂੰ ਜ਼ਿਆਦਾ ਐਗਜ਼ਾਮਪਲਸ ਦੇਣ ਦੀ ਲੋੜ ਨਹੀਂ ਆ, ਆਈ ਜਸਟ ਰੈਪ ਅਪ ਹੇਅਰ ਕਿ ਮਿਲਖਾ ਸਿੰਘ ਦੀ ਐਗਜ਼ਾਮਪਲ ਲੈ ਲਓ ਕਿ ਪੰਜਾਬ ਦੇ ਯੂਥ ਵਿੱਚ ਇੰਨਾ ਪੋਟੈਂਸ਼ੀਅਲ ਆ ਕਿ ਪੂਰਾ ਪੈਰ ਦੇ ਵਿੱਚ ਕਿੱਲ ਖੁੱਭ ਜਾਣ, ਰਾਈਟ, ਅਤੇ ਫਿਰ ਵੀ ਵੱਡੀਆਂ ਵੱਡੀਆਂ ਰੇਸਾਂ ਓਲੰਪੀਅਨ ਜਿੱਤ ਸਕਦੇ ਨੇ ਲੋਕ, ਠੀਕ ਹੈ। ਹੁਣ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ? ਅਤੇ ਬਹੁਤ ਸਾਰੀਆਂ, ਅਤੇ ਜੇ ਖਾਲਸਾ ਏਡ ਦੀ ਗੱਲ ਲਗਾਓ ਤਾਂ ਜਦੋਂ ਕਿਸੇ ਜਿਹੜਾ ਜਿਹਦੀ ਡੈਥ ਹੋ ਗਈ ਬੰਦੇ ਦੀ, ਜਿਹੜਾ ਦੱਬਿਆ ਪਿਆ ਹੈ ਮਲਬੇ ਦੇ ਵਿੱਚ, ਠੀਕ ਆ, ਉਹਨੂੰ ਕੱਢ ਕੇ ਲਿਆਉਣ ਵਾਲੀ ਕੌਮ ਆ ਸਾਡੀ ਪੰਜਾਬ ਦੀ, ਅਤੇ ਮੁੜ ਕੇ ਮਦਰ ਥੈਂਕ ਯੂ ਕਰਦੀ ਉਹਦਾ, ਠੀਕ ਹੈ। ਸੋ ਵੀ ਆਰ ਦ ਕਾਇੰਡ ਆਫ ਐਨਰਜੀ ਵੀ ਹੈਵ ਇਨ ਪੰਜਾਬ ਇਜ਼ ਮੈਚਲੈਸ, ਇਹ ਕਿਤੇ ਵੀ ਨਹੀਂ ਹੈਗੀ, ਮੈਨੂੰ ਇੱਦਾਂ ਫੀਲ ਹੁੰਦਾ।